ਸਭਾ ਤੁਹਾਡਾ ਸਵਾਗਤ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਬਣਦੇ ਹੀ ਸਰਕਾਰ ਦੇ ਹਰ ਕੰਮ ਵਿੱਚ ਪਾਰਦਰਸ਼ਿਤਾ ਲਿਆਂਦੀ ਜਾਵੇਗੀ, ਪਰ ਦਿੱਲੀ ਦੇ ਆਰਟੀਆਈ ਕਾਰਜਕਰਤਾ ਨੇ ਕੇਜਰੀਵਾਲ ਦੀ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਸਰਕਾਰ ਸੱਚਾਈ ਤੋਂ ਭੱਜ ਰਹੀ ਹੈ ਤੇ ਉਹਨਾਂ ਵੱਲੋਂ ਜਿੰਨੀਆਂ ਵੀ ਆਰਟੀਆਈ ਦੀਆਂ ਅਰਜ਼ੀਆਂ ਪਾਈਆਂ ਗਈਆਂ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਟੀਆਈ ਅਤੇ ਲੋਕਪਾਲ ਦਾ ਖੁਦ ਨੂੰ ਚੈਂਪੀਅਨ ਕਹਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਆਰਟੀਆਈ ਦੀਆਂ ਅਰਜ਼ੀਆਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ। ਆਰਟੀਆਈ ਵੱਲੋਂ ਪੁੱਛੇ ਜਾਣ ਵਾਲੇ ਅਸਹਿਜ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਦਿੱਲੀ ਦੇ ਆਰਟੀਆਈ ਐਕਟਿਵਿਸਟ ਦੇਵ ਆਸ਼ੀਸ਼ ਭੱਟਾਚਾਰੀਆ ਵੱਲੋਂ ਮੰਗੀ ਗਈ ਸੂਚਨਾ ਨੂੰ ਵੀ ਦਿੱਲੀ ਸਰਕਾਰ ਨੇ ਦਬਾ ਦਿੱਤਾ। ਉਹਨਾਂ ਕਿਹਾ ਕਿ ਆਰਟੀਆਈ ਵਰਕਰ ਸਮਝਦੇ ਸਨ ਕਿ ਆਰਟੀਆਈ ਐਕਟਿਵਿਸਟ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਰੀਆਂ ਸੂਚਨਾਵਾਂ ਸਰਕਾਰੀ ਵਿਭਾਗਾਂ ਦੀਆਂ ਵੈਬਸਾਈਟ ਤੇ ਉਪਲਬਧ ਹੋਣਗੀਆਂ, ਪਰ ਹਾਲਾਤ ਹੁਣ ਬਦਲੇ ਹੋਏ ਨਜ਼ਰ ਆ ਰਹੇ ਨੇ। ਸੱਤਾ ਵਿੱਚ ਆਉਣ ਤੋਂ ਬਾਅਦ ਪਾਰਦਰਸ਼ਿਤਾ ਨੂੰ ਸੱਟ ਮਾਰੀ ਗਈ ਹੈ। ਪਾਰਦਰਸ਼ਿਤਾ ਦੀ ਗੱਲ ਹੁਣ ਦਿੱਲੀ ਵਿੱਚ ਨਹੀਂ ਕੀਤੀ ਜਾਂਦੀ। ਉਹਨਾਂ ਕਿਹਾ ਕਿ 5 ਨਵੰਬਰ 2016 ਨੂੰ ਉਹਨਾਂ ਨੇ 1 ਕਰੋੜ ਦੇ ਅਵਾਰਡ ਅਤੇ ਸਵਰਗੀ ਰਾਮ ਕਿਸ਼ਨ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਸੰਬੰਧ ਵਿੱਚ ਆਰਟੀਆਈ ਤੋਂ ਜਾਣਕਾਰੀ ਮੰਗੀ ਸੀ। ਰਾਮ ਕਿਸ਼ਨ ਨੇ ਦਿੱਲੀ ਵਿੱਚ ਆਤਮ ਹੱਤਿਆ ਕੀਤੀ ਸੀ। ਆਰਟੀਆਈ ਦੀ ਅਰਜ਼ੀ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਲਾਈ ਗਈ ਸੀ। ਮੁੱਖ ਸਕੱਤਰ ਅਮਿਤਾਭ ਖੁੰਡੋ ਦੇ ਜਨ ਸੂਚਨਾ ਅਧਿਕਾਰੀ ਨੇ ਉਹਨਾਂ ਦੀ ਅਰਜ਼ੀ ਨੂੰ SDM ਮਾਲੀਆ ਵਿਭਾਗ ਕੋਲ ਭੇਜ ਦਿੱਤਾ ਤਾਂ ਕਿ ਸੈਕਸ਼ਨ 6 ਆਰਟੀਆਈ ਐਕਟ 205 ਦੇ ਤਹਿਤ ਜਾਣਕਾਰੀ ਰਿਲੀਜ਼ ਕੀਤੀ ਜਾ ਸਕੇ। SDM ਦੇ ਜਨ ਸੂਚਨਾ ਅਧਿਕਾਰੀ CS ਯਾਦਵ ਨੇ ਉਹਨਾਂ ਦੀ ਅਰਜ਼ੀ ਨੂੰ ਦਿੱਲੀ ਦੇ ਆਮ ਪ੍ਰਸ਼ਾਸਨ ਵਿਭਾਗ ਕੋਲ 14 ਦਸੰਬਰ 2016 ਨੂੰ ਭੇਜ ਦਿੱਤਾ। ਉਹਨਾਂ ਨੇ ਕਿਹਾ ਕਿ ਮੁੱਖ ਸਕੱਤਰ ਦੇ ਮੁੱਖ ਜਨ ਸੂਚਨਾ ਅਧਿਕਾਰੀ ਨੇ ਉਹਨਾਂ ਨੂੰ ਆਪਣੇ ਪੱਤਰ ਵੱਲੋਂ 18 ਜਨਵਰੀ 2017 ਨੂੰ ਸੂਚਿਤ ਕੀਤਾ ਕਿ ਸੰਬੰਧਿਤ ਸੂਚਨਾ ਦਿੱਲੀ ਸਰਕਾਰ ਦੇ ਮਾਲੀਆ ਵਿਭਾਗ ਕੋਲ ਉਪਲਬਧ ਹੈ, ਕਿਉਂਕਿ ਇਹ ਸੰਬੰਧਿਤ ਵਿਭਾਗ ਅਜਿਹੀਆਂ ਸੂਚਨਾਵਾਂ ਰੱਖਦਾ ਹੈ ਜਦਕਿ ਉਹਨਾਂ ਦੀਆਂ ਅਰਜ਼ੀਆਂ ਨੂੰ ਤਬਦੀਲ ਨਹੀਂ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਆਮ ਪ੍ਰਸ਼ਾਸਨ ਵਿਭਾਗ ਅਤੇ ਮੁੱਖ ਸਕੱਤਰ ਦੇ ਜਨ ਸੂਚਨਾ ਅਧਿਕਾਰੀ ਇੱਕ ਹੀ ਵਿਅਕਤੀ ਨੇ ਜਦਕਿ ਉਹਨਾਂ ਦੇ ਹਸਤਾਖਰ ਵੱਖ ਵੱਖ ਨੇ। ਉਹਨਾਂ ਨੇ ਸਵਾਲ ਕੀਤਾ ਕਿ ਉਹਨਾਂ ਦੇ ਆਰਟੀਆਈ ਬਿਨੈ ਪੱਤਰ ਨੂੰ ਮਾਲੀਆ ਵਿਭਾਗ ਕੋਲ ਕਿਉਂ ਨਹੀਂ ਭੇਜਿਆ ਗਿਆ। ਇਸ ਦਾ ਅਰਥ ਇਹ ਹੈ ਕਿ ਇਸ ਜਾਣਕਾਰੀ ਨੂੰ ਸਰਕਾਰ ਛੁਪਾਉਣਾ ਚਾਹੁੰਦੀ ਹੈ। ਬਿਊਰੋ ਰਿਪੋਰਟ, ਏਵਨ ਪੰਜਾਬੀ।